ਲਵੇ ਰਣਜੋਤ ਤੇ ਬਲਕਰਨ ਦਾ ਜੱਫਾ ਲੱਗਿਆ ਹੋਇਆ ਇਸ ਟਾਈਮ ਬਾਈ। ਇਹ ਰਣਜੋਤ ਦੀ ਉਮਰ ਥੋੜ੍ਹੀ ਵੱਡੀ ਅਤੇ ਬਲਕਰਨ ਦੀ ਉਮਰ ਥੋੜ੍ਹੀ ਛੋਟੀ, ਪਰ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਦਾ ਹੋਇਆ ਬਲਕਰਨ ਸਿੰਘ, ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਦਰਸ਼ਕ ਵੀਰ ਸੌਂ ਕੇ ਮੈਚ ਦੇਖਦੇ ਹੋਏ, ਸੌਂ ਕੇ ਗੱਦੇ 'ਤੇ ਸੁੱਤੇ ਪਏ ਹਨ ਦਰਸ਼ਕ ਵੀਰ। ਜ਼ਬਰਦਸਤ ਮੁਕਾਬਲਾ ਚੱਲ ਰਿਹਾ ਬਲਕਰਨ ਸਿੰਘ ਅਤੇ ਰਣਜੋਤ ਸਿੰਘ। ਲੈ ਵੀ ਫਿਰ ਦੋਨਾਂ ਨੇ ਚਾਹ ਤਾਂ ਬੜੀ ਕਰੜੀ ਪੀਤੀ ਆ, ਦੇਖਦੇ ਹਾਂ ਕੌਣ ਉਹ ਲੈ ਭਾਈ ਥੱਲੇ ਨਹੀਂ ਲਾਉਣਾ ਤਾਂ ਹੋ ਜਾ ਲੈ ਵੀ ਫਾਈਨਲ ਮੈਚ ਆ ਹੁਣ ਇਹਨਾਂ ਦਾ ਹੀ। ਇੱਕ ਪਾਸੇ ਬਲਕਰਨ ਸਿੰਘ, ਦੂਜੇ ਪਾਸੇ ਹੈਗਾ ਰਣਜੋਤ ਸਿੰਘ। ਲੈ ਵੀ ਹੁਣ ਇੱਕ ਦੂਜੇ ਨੂੰ ਥਾਪੀਆਂ ਮਾਰਦੇ ਹੋਏ ਦੋਨੇ ਗੱਭਰੂ, ਅੱਛਾ ਬਸ ਇਹ ਚੱਕਤੇ ਫਟੇ। ਲੈ ਵੀ ਹੁਣ ਇਹ ਕਲਾਬਾਜ਼ੀਆਂ ਦਿਖਾਉਂਦੇ ਹੋਏ ਨਾਲ ਦੀ ਨਾਲ ਹੈ, ਇਹ ਤਾਂ ਬਈ ਕੋਈ ਖਤਰਨਾਕ ਪੱਧਰ 'ਤੇ ਪਹੁੰਚ ਚੁੱਕਿਆ ਇਹਨਾਂ ਦਾ ਮੈਚ। ਉਹ ਬਾ ਬਈ ਬਾ ਮੁੰਡੇ ਦੇ ਮਾਰੀ ਮੂੰਹ 'ਤੇ ਲੱਤ ਹੋ ਗਿਆ, ਪਾਸੇ ਗਰਾਊਂਡ ਤੋਂ ਕਰਤਾ ਪਾਸੇ ਮੁੰਡੇ। ਨਾ ਬਈ ਗੁੱਸਾ ਖਾ ਗਿਆ ਰਣਜੋਤ ਸਿੰਘ, ਗੁੱਸਾ ਖਾ ਗਿਆ ਬਈ। ਵੀ ਨੌਜਵਾਨ ਗੱਭਰੂ ਦੀ ਸੋਚ ਬੜੀ ਤਕੜੀ ਹੈ ਨਾ, ਤੂੰ ਹੀ ਨਹੀਂ ਲੱਗਣ ਦੇਣੀ, ਚਾਹੇ ਡਾਕਟਰ ਤੋਂ ਸੋਚ ਵਾਲੀ ਦਵਾਈ ਲਿਆਉਣੀ ਪਵੇ। ਮੈਂ ਕਹਿੰਦਾ ਵੀ ਇਹਨਾਂ ਦਾ ਡਰਾ ਕਰ ਦੇਣਾ, ਪਰ ਮੈਚ ਬੜਾ ਟਾਈਮ ਹੋ ਗਿਆ ਭੁੱਲ ਜਾਂਦਾ। ਲੈ ਲਾਗੀ ਲੈ ਵੀ ਰੌਲਾ ਪੈ ਗਿਆ ਵੀ ਮੈਚ ਨੂੰ ਰੈਫਰੀ ਨਹੀਂ ਜਿੱਤੂ ਕਰਾ ਦਿੱਤਾ, ਉਹਨੇ ਹੱਥ ਖੜੇ ਕਰ ਪਈ ਮੈਟਰ ਇੱਧਰ ਜਾ ਕੇ ਇੱਧਰ, ਆਹ ਸ਼ਾਬਾਸ਼ ਜਿੱਤ ਗਿਆ ਵੀ ਬਲਕਰਨ ਸਿੰਘ।